ਪਿੰਡ ਮਿਆਣੀ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੇਵਾ ਸੰਸਥਾ ਵੈਲਫੇਅਰ ਸੁਸਾਇਟੀ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਮਿਆਣੀ ਲੋਕ ਇਨਕਲਾਬ ਮੰਚ ਟਾਂਡਾ ਵੱਲੋਂ ਮਿਆਣੀ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਮਿਆਣੀ ਵਿਖੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਾਮਰੇਡ ਸੁਖਦੇਵ ਰਾਜ ਪ੍ਰਧਾਨ ਮਜ਼ਦੂਰ ਯੂਨੀਅਨ ਤੇ ਸੁਰਜੀਤ ਕਾਮਰੇਡ ਨੇ ਨਾਮਵਰ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰਜੀਤ ਸਿੰਘ ਟਿੰਪਾ, ਮਿਆਣੀ ਮੈਂਬਰ ਪੰਚਾਇਤ ਹਰਦੀਪ ਸਿੰਘ ਖੁੱਡਾ, ਸਮਾਜ ਸੇਵਕ ਆਗੂ ਗੁਲਸ਼ਨ ਭਗਤ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕੁਲਵੰਤ ਸਿੰਘ, ਜਸਕਰਨ ਸਿੰਘ ਪੂਸਾ, ਗੰਗਾ ਪ੍ਰਸਾਦ ਸ਼ਾਮਲ ਹੋਏ। ਇਸ ਮੌਕੇ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦੇਸ਼ ਦੀ ਬਿਹਤਰੀ ਲਈ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਾ ਚਾਹੀਦਾ। ਸ਼ਹੀਦ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਸਦਾ ਵਿਰਸਾ ਵਿਸ਼ੇ ਦੇ ਵਿਚਾਰ ਚਰਚਾ ਕੀਤੀ ਗਈ। ਲੋਕ ਇਨਕਲਾਬ ਮੈਚ ਦੇ ਪ੍ਰਧਾਨ ਹਰਦੀਪ ਸਿੰਘ ਖੁੱਡਾ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਭਗਤ ਸਿੰਘ ਦੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਭਾਰਤ ਸੰਸਾਰ ਦਾ ਉਹ ਦੇਸ਼ ਹੈ ਜਿੱਥੇ ਮੌਜੂਦਾ ਸਮੇਂ ਨੌਜਵਾਨਾਂ ਦੀ ਗਿਣਤੀ ਸਾਰੇ ਦੇਸ਼ਾਂ ਤੋਂ ਵੱਧ ਹੈ ਤੇ ਨੌਜਵਾਨ ਹੀ ਦੇਸ਼ ਨੂੰ ਤਰੱਕੀ ਦੀ ਲੀਹ ਉੱਤੇ ਤੋਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਭਗਤ ਸਿੰਘ ਦੀ ਉੱਚੀ ਸ਼ਖਸੀਅਤ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਤਾਂ ਜੋ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਸਿਰਜਿਆ ਜਾ ਸਕੇ। ਇਸ ਮੌਕੇ ਪ੍ਰਬੰਧਕਾਂ ਦੇ ਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਭਗਤ ਸਿੰਘ ਜੀ ਦਾ ਜਨਮ ਦਿਨ ਮਿਆਣੀ ਵਿਖੇ ਲਾਇਬ੍ਰੇਰੀ 'ਚ ਸਾਰੇ ਇਲਾਕੇ ਦੇ ਜਾਂ ਵੱਖ ਵੱਖ ਸੰਸਥਾਵਾਂ ਨੇ ਇਕੱਠੇ ਹੋ ਕੇ ਬਹੁਤ ਹੀ ਜਿਹੜਾ ਆ ਸਤਿਕਾਰ ਦੇ ਨਾਲ, ਉਤਸ਼ਾਹ ਦੇ ਨਾਲ ਮਨਾਇਆ ਆ। ਇਹੋ ਜਿਹੇ ਦਿਨ ਆਪਣੇ ਸੂਰਬੀਰਾਂ ਦੇ, ਸ਼ਹੀਦਾਂ ਦੇ, ਦੇਸ਼ ਭਗਤਾਂ ਦੇ, ਸਾਡੇ ਸਮਾਜ ਨੂੰ ਜਿਹੜੇ ਆ ਦਿਨ ਇਕੱਠੇ ਹੋ ਕੇ ਮਨਾਉਣ ਦੀ ਲੋੜ ਆ, ਕਿਉਂਕਿ ਜਿਹਨਾਂ ਸੁਪਨਿਆਂ ਦੀ ਖਾਤਰ ਸਾਡੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ, ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਲਿਆ, ਉਹ ਅਜੇ ਤੱਕ ਜਿਹੜਾ ਆ ਸੰਕਲਪ ਪੂਰਾ ਨਹੀਂ ਹੋਇਆ। ਅਜੇ ਵੀ ਸਮਾਜ ਵਿੱਚ ਬਰਾਬਰਤਾ ਨਹੀਂ, ਅਜੇ ਵੀ ਸਮਾਜ ਵਿੱਚ ਜਾਤ ਪਾਤ ਹੈ, ਅਜੇ ਵੀ ਸਮਾਜ ਵਿੱਚ ਜਿਹੜੀ ਆ ਛੂਆਛਾਤ ਆ, ਅਜੇ ਵੀ ਜਿਹੜੀ ਆ ਭੁੱਖਮਰੀ ਆ, ਅਜੇ ਵੀ ਗਰੀਬੀ ਆ, ਅਜੇ ਵੀ ਬੇਇਨਸਾਫੀ ਆ। ਇਸ ਕਰਕੇ ਅਜੇ ਵੀ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਗਦਰੀ ਬਾਬਿਆਂ, ਭਗਤ ਸਰਾਭਿਆਂ ਅਤੇ ਬੱਬਰ ਅਕਾਲੀਆਂ ਦੇ ਸੁਪਨਿਆਂ ਦਾ ਰਾਜ ਪ੍ਰਾਪਤ ਕਰਨ ਲਈ ਸਾਡੇ ਸਮੂਹ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ, ਸੰਸਾਰ ਦੇ ਕੋਨੇ ਕੋਨੇ 'ਚ ਜਿਹੜੇ ਵੀ ਇਨਸਾਫ ਪਸੰਦ ਲੋਕ ਵੱਸਦੇ ਨੇ, ਉਹਨਾਂ ਨੂੰ ਇਕੱਠੇ ਹੋ ਕੇ ਆਪਣੇ ਸੂਰਬੀਰਾਂ ਦੇ, ਸ਼ਹੀਦਾਂ ਦੇ, ਵਿਦਵਾਨਾਂ ਦੇ, ਬੁੱਧੀਜੀਵੀਆਂ ਦੇ ਜਿਹੜੇ ਦਿਨ ਆ ਉਹ ਮਨਾਉਣੇ ਚਾਹੀਦੇ ਨੇ, ਤਾਂ ਕਿ ਅਸੀਂ ਆਪਣੇ ਬੱਚਿਆਂ ਦੀ, ਆਪਣੇ ਸਮਾਜ ਦੀ ਜਿਹੜੀ ਆ ਜ਼ਿੰਦਗੀ ਨੂੰ ਹੋਰ ਰੋਸ਼ਨ ਕਰਨ ਵਾਸਤੇ, ਭਵਿੱਖ ਸਵਾਰਨ ਲਈ, ਇੱਕ ਚੰਗਾ ਸਮਾਜ ਸਿਰਜਣ ਲਈ ਜਿਹੜਾ ਆ ਹੰਭਲਾ ਮਾਰ ਸਕੀਏ। ਅੱਜ ਮਿਤੀ 28 ਨਵੰਬਰ 2019 ਨੂੰ ਬਹੁਤ ਹੀ ਭਾਗਾਂ ਵਾਲਾ ਦਿਨ ਹੈ। ਪਿੰਡ ਮਿਆਣੀ, ਵੱਡੀ ਮਿਆਣੀ ਦੇ ਵਿੱਚ ਲੋਕ ਇਨਸਾਫ ਮੰਚ ਟਾਂਡਾ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਅਤੇ ਮਹਾਸ਼ਾ ਜਾਗਰਤੀ ਮੰਚ ਪੰਜਾਬ ਅਤੇ ਸੇਵਾ ਸੁਸਾਇਟੀ, ਵੈਲਫੇਅਰ ਸੁਸਾਇਟੀ ਮਿਆਣੀ, ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਜੋ ਕਿ ਸੰਗਤਾਂ ਨੂੰ ਬਹੁਤ ਹੀ ਖੁਸ਼ੀ ਭਰੇ ਮਾਹੌਲ ਦੇ ਵਿੱਚ ਸਾਰੇ ਬੁਲਾਰਿਆਂ ਨੇ ਸੰਬੋਧਨ ਕੀਤਾ, ਆਪਣੇ ਆਪਣੇ ਵਿਚਾਰ ਰੱਖੇ ਅਤੇ ਸਭ ਨੇ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਹੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਣ ਦੀ ਹਦਾਇਤ ਕੀਤੀ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾ ਚੁੱਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮਿਆਣੀ ਨਗਰ ਵਿਖੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਹਾਂ। ਸਾਡੇ ਸਹਿਯੋਗ ਲਈ ਬਹੁਤ ਸਾਰੀਆਂ ਸੰਸਥਾਵਾਂ, ਜਿਸ ਤਰ੍ਹਾਂ ਟਾਂਡੇ ਤੋਂ, ਮਿਆਣੀ ਤੋਂ, ਹੋਰ ਇਲਾਕੇ ਤੋਂ ਇਹ ਸੰਗਤਾਂ ਇਕੱਠੀਆਂ ਹੋਈਆਂ ਹਨ। ਬਹੁਤ ਖੁਸ਼ੀ ਦੀ ਗੱਲ ਹੈ ਕਿ ਯੋਧਿਆਂ ਦੇ ਜਨਮ ਦਿਨ, ਸ਼ਹੀਦਾਂ ਦੇ ਜਨਮ ਦਿਨ ਇਸ ਤਰ੍ਹਾਂ ਹੀ ਰਲ ਮਿਲ ਕੇ ਪਿਆਰ ਨਾਲ ਮਨਾਉਂਦੇ ਰਹਿਣੇ ਚਾਹੀਦੇ ਹਨ। ਇਹਨਾਂ ਸ਼ਹੀਦਾਂ ਨੇ, ਸ਼ਹੀਦ ਆਜ਼ਮ
ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ, ਜਿਨ੍ਹਾਂ ਨੇ ਆਪਣੀ ਕੁਰਬਾਨੀ ਦੇ ਕੇ, ਆਪਣਾ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਬਖਸ਼ੀ ਹੈ, ਅਤੇ ਇਸ ਆਜ਼ਾਦੀ ਦਾ ਅਸੀਂ ਨਿੱਘ ਮਾਰ ਰਹੇ ਹਾਂ। ਅਸੀਂ ਇਹਨਾਂ ਦੀ ਬਦੌਲਤ ਹੀ ਅਸੀਂ ਉੱਚੀ ਸਭਾ ਵਿੱਚ ਸਾਹ ਲੈ ਰਹੇ ਹਾਂ। ਮੈਂ ਬਸ ਸਾਰੀ ਟੀਮ ਦਾ, ਸਾਰੇ ਵੀਰਾਂ ਦਾ, ਸਪੋਕਸਮੈਨ ਹੋਰ ਜਿੰਨੇ ਵੀ ਚੈਨਲ ਇੱਥੇ ਆਏ ਨੇ ਸਾਡੇ ਕੋਲ, ਅਸੀਂ ਸਾਰੇ ਇਲਾਕੇ ਦਾ, ਸਾਰੀਆਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਅੱਗੇ ਤੋਂ ਸਾਡੇ ਨਾਲ ਇਸ ਤਰ੍ਹਾਂ ਹੀ ਸਹਿਯੋਗ ਕਰਦੇ ਰਹਿਣਗੇ। ਅਸੀਂ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਰਹਾਂਗੇ। ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਭਗਤ ਸਿੰਘ ਜੀ ਦਾ 112ਵਾਂ ਦਿਹਾੜਾ ਪਿੰਡ ਮਿਆਣੀ ਵਿੱਚ ਪੰਜਾਬ ਮਜ਼ਦੂਰ ਯੂਨੀਅਨ ਸੇਵਾ ਸੰਸਥਾ ਵੈਲਫੇਅਰ ਸੁਸਾਇਟੀ ਅਤੇ NRI ਵੀਰਾਂ ਨੇ ਜੋ ਬਣਾਈ ਹੈ ਲਾਇਬ੍ਰੇਰੀ ਮਿਆਣੀ ਵਿਖੇ, ਉੱਥੇ ਮਨਾਇਆ ਜਾ ਰਿਹਾ ਹੈ। ਜੋ ਇੱਥੇ ਸੱਜਣ ਪਹੁੰਚੇ ਹਨ, ਮੇਰੇ ਵੀਰ, ਆਪਣੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪੰਜਾਬ ਦੇ ਗੰਗਾ ਪ੍ਰਸਾਦ ਜੀ, ਗੁਰਜੀਤ ਸਿੰਘ ਜੀ, ਡਿੰਪਾ ਜੀ, ਹੋਰ ਵੀ ਜੋ ਪਤਵੰਤੀ ਸੱਜਣ ਇੱਥੇ ਪਹੁੰਚੇ ਹਨ, ਟਾਈਮ ਆਪਣਾ ਕੱਢ ਕੇ ਅਸੀਂ ਇਹਨਾਂ ਦੇ ਰਿਣੀ ਹਾਂ। ਬਹੁਤ ਵਧੀਆ ਪ੍ਰੋਗਰਾਮ ਬਣਾਇਆ ਗਿਆ ਹੈ, ਵੱਖ ਵੱਖ ਵਿਸ਼ਿਆਂ 'ਤੇ ਬੋਲਿਆ ਗਿਆ ਹੈ, ਜਿਸ ਤਰ੍ਹਾਂ ਨਸ਼ੇ ਦਾ, ਸਮਾਜਿਕ ਬੁਰਾਈਆਂ ਦਾ, ਬਹੁਤ ਵੀ ਇੱਕ ਸਮਾਜ ਨੂੰ ਸੇਧ ਦੇਣ ਦੀ ਗੱਲ ਕੀਤੀ ਹੈ। ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਜਿਤਾਉਣ 'ਤੇ ਲੱਗੇਗਾ ਹਰ ਬਰਸ ਮੇਲੇ, ਵਤਨ ਪਰ ਮਿੱਟੀ ਮਿਲਕਾ ਜੇ ਹੁਣ ਦਿੱਚਾ ਹੋਗਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਜਿਨ੍ਹਾਂ ਦਾ ਅੱਜ ਵੱਡੀ ਮਿਆਣੀ ਵਿਖੇ ਜਨਮ ਦਿਹਾੜਾ ਪੂਰੇ ਇਲਾਕੇ ਸੰਗਤਾਂ ਵੱਲੋਂ ਸਹਿਯੋਗ ਨਾਲ ਮਨਾਇਆ ਗਿਆ ਹੈ। ਨੌਜਵਾਨਾਂ ਨੂੰ, ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਜੀ ਤੋਂ ਇਹ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਪਿੱਛੇ ਕੁਰਬਾਨੀ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ। ਅਤੇ ਅਸੀਂ ਇਹੋ ਹੀ ਬੇਨਤੀ ਕਰਾਂਗੇ, ਨੌਜਵਾਨ ਨਸ਼ਿਆਂ ਨੂੰ ਛੱਡ ਕੇ, ਪਤਕ ਨੂੰ ਛੱਡ ਕੇ, ਭੁੱਲ ਹੱਤਿਆਂ ਨੂੰ ਜੋ ਅੱਜ ਸਮਾਜ 'ਚ ਬੁਰਾਈਆਂ ਫੈਲ ਰਹੀਆਂ ਹੈ, ਉਹਨਾਂ ਨੂੰ ਛੱਡ ਕੇ ਉੱਚੀ ਅਤੇ ਸੁੱਚੀ ਭਗਤ ਸਿੰਘ ਸ਼ਹੀਦੀ ਦੀ ਸੋਚ 'ਤੇ ਪਹਿਰਾ ਦੇ ਕੇ ਅਸੀਂ ਵੀ ਜਿਹੜਾ ਆਪਣਾ ਜੀਵਨ ਹੈ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਵੀਰਾਂ ਦੇ ਅੱਗੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਹਨਾਂ ਨੇ ਆ ਕੇ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ 'ਤੇ ਸਾਰੇ ਵੀਰਾਂ ਨੇ ਰੌਣਕਾਂ ਵਧਾਈਆਂ। ਪੰਜਾਬ ਜਾਗਰਤੀ, ਪੰਜਾਬ ਜਾਗਰਤੀ ਮੰਚ, ਜੋ ਪੰਜਾਬ ਪ੍ਰਧਾਨ ਸਾਡੇ ਗੱਦਰ ਜੀ ਰਾਵਲਪੁਰ ਤੋਂ ਆਏ ਨੇ, ਅਤੇ ਸਾਡੇ ਕਾਮਰੇਡ ਗੰਗਾ ਪ੍ਰਸਾਦ ਜੀ ਅਤੇ ਦੇਸ਼ ਇਨਕਲਾਬ ਮੈਂ ਪਟਾਲੇ ਤੋਂ, ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ। ਕੁਸ਼ਲ ਭਗਤ ਜੀ, ਹੋਰ ਮੇਰੀ ਵੀਰ ਬਹੁਤ ਆਏ ਨੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ। ਟਾਂਡਾ ਉਰਮੁਰ ਤੋਂ ਅੰਮ੍ਰਿਤਪਾਲ ਬਾਜਵਾ ਦੀ ਰਿਪੋਰਟ।